ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨਾਂ ਦੀਆਂ ਖੁਦਕਸ਼ੀਆਂ, ਆਏ ਦਿਨ ਮੰਦਭਾਗੀਆਂ ਖਬਰਾਂ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 2010 ਦੇ ਜਿਹੜੇ ਪੁਰਾਣੇ ਅੰਕੜੇ ਹੈ ਉਹਨਾਂ ਮੁਤਾਬਕ ਕੋਈ 7000 ਤੋਂ ਵਧੇਰੇ ਕਿਸਾਨ ਪੰਜਾਬ ਦੇ ਵਿੱਚ ਖੁਦਕਸ਼ੀਆਂ ਕਰ ਚੁੱਕੇ ਹੈ। ਗੱਲ ਕਰੀਏ ਸਮੁੱਚੇ ਦੇਸ਼ ਦੀ ਤਾਂ ਪਾਰਲੀਮੈਂਟ ਦੇ ਅੰਦਰ ਜਿਹੜੇ ਫੈਕਟਸ ਰੱਖੇ ਗਏ ਹੈ ਉਹਦੇ ਮੁਤਾਬਕ ਪੂਰੇ ਮੁਲਕ ਦੇ ਅੰਦਰ 2.5 ਲੱਖ ਤੋਂ ਉੱਪਰ ਜਿਹੜੇ ਕਿਸਾਨ ਅਤੇ ਖੇਤ ਮਜ਼ਦੂਰ ਹੈ ਉਹ ਖੁਦਕਸ਼ੀਆਂ ਕਰ ਚੁੱਕੇ ਹੈ। ਜੇਕਰ ਇਹਨਾਂ ਦਿਨਾਂ ਦੇ ਮੁੱਦੇ 'ਤੇ ਗੱਲ ਕਰੀਏ ਤਾਂ ਪਤਾ ਨਹੀਂ ਕਿੰਨੀਆਂ ਕੁ ਖੁਦਕਸ਼ੀਆਂ ਆਏ ਰੋਜ਼ ਹੋ ਰਹੀਆਂ। ਕੁਝ ਦਿਨਾਂ ਦੀ ਗੱਲ ਹੈ ਕਿ ਪੰਜਾਬ ਦੇ ਅੰਦਰ 3 ਖੁਦਕਸ਼ੀਆਂ, ਹਰਿਆਣਾ ਦੇ ਅੰਦਰ 1 ਖੁਦਕਸ਼ੀ। ਇਹ ਕੋਈ ਨਵੀਂ ਗੱਲ ਨਹੀਂ ਹੈ। ਖੇਤਾਂ ਦੇ ਅੰਦਰ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਮੰਡੀਆਂ 'ਚ ਕਿਸਾਨ ਰੁਲ ਰਿਹਾ, ਜ਼ਮੀਨਾਂ ਦੇ ਠੇਕੇ ਟੁੱਟ ਗਏ ਹੈ। ਕੇਂਦਰ ਸਰਕਾਰ ਇਸ ਗੱਲ 'ਤੇ ਦ੍ਰਿੜ ਹੈ ਕਿ ਭੂਮੀ ਅਧਿਗ੍ਰਹਿਣ ਬਿੱਲ ਲੈ ਕੇ ਆਉਣਾ ਹੈ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਜਿਹੜੇ ਸਾਡੇ ਨਾਲ ਵਿਸ਼ੇਸ਼ ਮਹਿਮਾਨ ਨੇ ਸਾ ਹਰਜੀਤ ਸਿੰਘ ਗਰੇਵਾਲ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੇ ਅਤੇ ਕਿਸਾਨ ਮੋਰਚੇ 'ਤੇ ਕੰਮ ਕਰਨ ਦਾ ਲੰਬਾ ਤਜਰਬਾ ਰੱਖਦੇ ਨੇ। ਦੂਜੇ ਸਾਡੇ ਨਾਲ ਐਨਐਲਓ ਦੇ ਸਪੋਕਸਮੈਨ ਸਾ ਰਾਮ ਸਿੰਘ ਬਰਾੜ, ਜਿਹੜੇ ਕਿ ਪੱਤਰਕਾਰੀ ਦੇ ਪਿਛੋਕੜ ਦੇ ਨਾਲ ਇੱਕ ਚੰਗਾ ਤਜਰਬਾ ਇਹਨਾਂ ਖਿੱਤਿਆਂ ਦਾ ਰੱਖਦੇ ਹੈ। ਤੀਜੇ ਸਾਡੇ ਨਾਲ ਜਿਹੜੇ ਮਹਿਮਾਨ ਨੇ ਪ੍ਰੀਤਮ ਰਪਾਲ, ਜਿਹੜੇ ਕਿ ਸੀਨੀਅਰ ਜਰਨਲਿਸਟ ਨੇ। ਅਸੀਂ ਤਿੰਨਾਂ ਮਹਿਮਾਨਾਂ ਨੂੰ ਜੀ ਆਖਦੇ ਹਾਂ। ਗਰੇਵਾਲ ਸਾਹਿਬ, ਮੈਂ ਇਸ ਡਿਬੇਟ ਦਾ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕਰਨ ਲੱਗਿਆ। ਜਿੱਦਾਂ ਆਪਾਂ ਸ਼ੁਰੂ ਦੇ 'ਚ ਇਸ ਗੱਲ ਦੇ ਕਮੈਂਟਸ ਦਿੱਤੇ ਹੈ ਕਿ ਜਿਹੜੀਆਂ ਖੁਦਕਸ਼ੀਆਂ ਹੈਗੀਆਂ ਇਹਨਾਂ ਨੇ ਨਾ ਪੰਜਾਬ ਹਰਿਆਣਾ ਬਲਕਿ ਪੂਰੇ ਮੁਲਕ ਨੂੰ ਝੰਡੋੜ ਕੇ ਰੱਖ ਦਿੱਤਾ ਹੈ। ਕੀ ਕਮੈਂਟਸ ਨੇ ਤੁਹਾਡੇ ਇਹਨੇ ਮਨ ਭਾਉਂਦੀਆਂ ਖਬਰਾਂ 'ਤੇ? ਇਸ ਤਰ੍ਹਾਂ ਖੁਦਕੁਸ਼ੀਆਂ ਕਿਸਾਨ ਮਜਬੂਰੀ 'ਚ ਕਰਦਾ ਜੀ, ਔਰ ਉਹ ਕਿਉਂ ਕਰਦਾ ਹੈਗਾ? ਜਿਸ ਤੋਂ ਸਰ ਸਿਕੰਦਰ ਹਯਾਤ ਦੀ ਸਰਕਾਰ ਸੀ, ਛੋਟੂ ਰਾਮ ਜੀ ਵੀ ਉਸ ਸਰਕਾਰ ਦੇ ਵਿੱਚ ਸੀਗੇ, ਉਹਨਾਂ ਨੂੰ ਕਿਸਾਨਾਂ ਦੇ ਕਰਜ਼ਿਆਂ 'ਤੇ ਲਾਈਨ ਮਾਰਨੀ ਪਈ ਸੀ ਜੀ। ਉਸ ਵੇਲੇ ਵੀ ਕਿਸਾਨ ਕਰਜ਼ਾਈ ਸੀ, ਇਹ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਆ ਔਰ ਸ਼ੁਰੂਆਤ ਦੀ ਗੱਲ ਆ ਜੀ। ਔਰ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਲਈ ਠੀਕ ਨੀਤੀਆਂ ਨਹੀਂ ਬਣੀਆਂ, ਉਹਨੂੰ ਉਹਦੀ ਪੈਦਾਵਾਰ ਦੀ ਲਾਭ ਵਾਲੀ ਕੀਮਤ ਨਹੀਂ ਮਿਲੀ, ਔਰ ਨਾਲ ਨਾਲ ਜਿਹੜਾ ਹੈਗਾ ਹੁਣ ਕਿਸਾਨ ਹੀ 1 ਏਕੜ 1.5 ਏਕੜ ਦਾ ਰਹਿ ਗਿਆ ਅਤੇ ਸਮਾਲ ਅਤੇ ਮਾਰਜਨਲ ਫਾਰਮ ਮੋਰ ਦੈਨ 85-90% ਹੈਗੇ ਜੀ ਜੀ। ਸਭ ਤੋਂ ਇਸ ਕਰਕੇ ਉਹ ਲਾਭ ਵਾਲਾ ਧੰਦਾ ਖੇਤੀ ਨਾ ਹੋਣ ਕਰਕੇ ਜੀ ਕੋਆਪਰੇਟਿਵ ਮੂਵਮੈਂਟ ਨੂੰ ਪਾਪੂਲਰ ਨਹੀਂ ਕੀਤਾ ਗਿਆ। ਔਰ ਜਦੋਂ ਜਦੋਂ ਆਹ ਜਿਹੜੀ ਗਲੋਬਲਾਈਜੇਸ਼ਨ, ਵੈਸ਼ਵੀਕਰਨ ਦੀ ਜਿਹੜੀ ਨੀਤੀ ਆ, ਇਹਦੇ ਨਾਲ ਜਿਹੜਾ ਗਰੀਬ ਅਤੇ ਅਮੀਰ ਦਾ ਫਰਕ ਆ, ਡਿਸਪੈਰਿਟੀ ਜਿਹੜੀ ਆ ਉਹ ਹੋਰ ਵੱਧ ਰਹੀ ਆ। ਉਹਦੇ ਵਧਣ ਦਾ ਕਾਰਨ ਸਿੱਧਾ ਪ੍ਰਭਾਵ ਕਿਸਾਨ ਅਤੇ ਖੇਤ ਮਜ਼ਦੂਰ ਜਿਹਦੇ ਕਰਕੇ ਜਿਹੜੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਖੁਦਕਸ਼ੀਆਂ। ਅਤੇ ਆਪਾਂ ਇਸ ਮੁੱਦੇ 'ਤੇ ਦੁਬਾਰਾ ਤੁਹਾਡੇ ਕੋਲ ਆਉਂਦਾ ਮੈਂ ਗਰੇਵਾਲ ਸਾਹਿਬ। ਬਰਾੜ ਜੀ, ਤੁਸੀਂ ਇਸ ਮੁੱਦੇ 'ਤੇ ਕੀ ਕਹੋਗੇ? ਜਿਹੜੀ ਮੈਂ ਫੈਕਟਸ ਰੱਖੇ ਹੈ ਕਿ ਕਿਸਾਨ ਇੱਦਾਂ ਖੁਦਕਸ਼ੀਆਂ ਕਰ ਰਿਹਾ, ਮੈਂ ਕਹਿਣਾ ਨਹੀਂ ਚਾਹੁੰਦਾ। ਜਿੱਦਾਂ ਰਾਤ ਨੂੰ ਝੱਖੜ ਆਉਂਦਾ ਅਤੇ ਦਿਨ ਨੂੰ ਆਪਾਂ ਮੋਰਨਿੰਗ 'ਚ ਉੱਠ ਕੇ ਦੇਖਦੇ ਹਾਂ, ਕਈ ਪੰਛੀ ਜਿਹੜੇ ਹੈਗੇ ਦਰੱਖਤ ਦੇ ਹੇਠਾਂ ਆਪਣਾ ਦਮ ਤੋੜ ਚੁੱਕੇ ਹੁੰਦੇ ਆ। ਫਾਰਮਰ ਇੱਦਾਂ ਦਮ ਤੋੜ ਰਿਹਾ ਦੇਸ਼ ਦਾ। ਕਿਸਾਨ ਅੱਜ ਬਹੁਤ ਆਰਥਿਕ ਤੌਰ 'ਤੇ ਬਹੁਤ ਮਾੜੇ ਹਾਲਾਤ 'ਚੋਂ ਲੰਘ ਰਿਹਾ ਪੂਰੇ ਦੇਸ਼ ਤੱਕ ਜੀ, ਔਰ ਪਿਛਲੇ ਕੁਛ ਸਮੇਂ ਤੋਂ ਲਗਾਤਾਰ ਜਿਹੜੀ ਖੇਤੀ ਹੈ ਉਹ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਔਰ ਘਾਟੇ ਦਾ ਸੌਦਾ ਬਣਨ ਕਰਕੇ ਕਿਸਾਨ 'ਤੇ ਹਰ ਸਾਲ ਕਰਜ਼ਾ ਵੱਧਦਾ ਜਾ ਰਿਹਾ ਜੀ ਜੀ। ਸਵਾਮੀਨਾਥਨ ਆਯੋਗ ਦੀ ਰਿਪੋਰਟ ਕਰੀਬ 9 ਸਾਲ ਪਹਿਲਾਂ ਆਈ ਸੀ, ਔਰ ਕਿਸਾਨਾਂ ਨੂੰ ਉਮੀਦ ਸੀਗੀ ਕਿ ਸ਼ਾਇਦ ਉਹਨੂੰ ਕੋਈ ਲਾਹੇਮੰਦ ਰੇਟ ਮਿਲਣਗੇ। ਇੱਕ ਕਾਂਗਰਸ ਦੀ ਸਰਕਾਰ ਸੀ, 8 ਸਾਲ ਲੈ ਕੇ ਬੈਠੀ ਰਹੀ ਔਰ ਉਹਨਾਂ ਨੇ ਉਹ ਲਾਗੂ ਨਹੀਂ ਕੀਤੀ ਜੀ। ਉਸ ਤੋਂ ਬਾਅਦ ਸਵਾਮੀਨਾਥਨ ਦੀ ਰਿਪੋਰਟ ਨੂੰ ਲੈ ਕੇ BJP ਦੇ ਪ੍ਰਧਾਨ ਮੰਤਰੀ ਦੇ ਜਿਹੜੇ ਦਾਅਵੇਦਾਰ ਸੀ ਉਸ ਵੇਲੇ, ਜਿਹੜੇ ਅੱਜ ਪ੍ਰਧਾਨ ਮੰਤਰੀ ਨੇ ਮੋਦੀ ਜੀ, ਉਹਨਾਂ ਨੇ ਬਾਕੀ ਸਾਰੇ ਨੇਤਾਵਾਂ ਨੇ ਕਿਹਾ, ਆਪਣੇ ਘੋਸ਼ਣਾ ਪੱਤਰ ਸ਼ਾਮਿਲ ਕੀਤਾ ਕਿ ਅਸੀਂ ਸਰਕਾਰ ਸਾਡੀ ਬਣੀ ਤਾਂ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਕਿਸਾਨਾਂ ਨੂੰ ਉਹਦੇ ਲਾਗਤ ਦੇ ਨਾਲ 50% ਮੁਨਾਫਾ ਦੇਵਾਂਗੇ ਜੀ ਜੀ। 1 ਸਾਲ ਤੋਂ ਇਹ BJP ਦੀ ਸਰਕਾਰ ਕੇਂਦਰ 'ਚ ਹੈ, 6 ਮਹੀਨਿਆਂ ਤੋਂ ਹਰਿਆਣੇ 'ਚ ਵੀ ਹੈਗੀ ਜੀ ਜੀ। ਬਰਾੜ ਜੀ, ਇਹਨਾਂ ਮੁੱਦਿਆਂ 'ਤੇ ਕਿਸਾਨ ਖੁਦਕਸ਼ੀ ਕਰਦਾ, ਹਰਪਾਲ ਜੀ ਜਿੱਦਾਂ ਇਹਨਾਂ ਦੇ ਕਮੈਂਟਸ ਆ ਦੋਨਾਂ ਮਹਿਮਾਨਾਂ ਦੇ, ਬੜਾ ਇੱਕ ਨਾਜ਼ੁਕ ਮਾਮਲਾ ਹੈਗਾ, ਤੁਸੀਂ ਕੀ ਕਹੋਗੇ? ਅਸਲ 'ਚ ਸਿੱਧੂ ਸਾਹਿਬ, ਜਿਹੜੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਾਲੀ ਜਿਹੜੀ ਅਸਲ ਗੱਲ ਹੈ, ਇਹਦੇ ਪਿੱਛੇ ਜਿਹੜੀ ਇੱਕ ਵੱਡੀ ਸੋਸ਼ੋ ਇਕਨੋਮਿਕ ਜਿਹੜੀਆਂ ਇੰਪਲੀਕੇਸ਼ਨ ਆ ਉਹ ਬਹੁਤ ਵੱਡੀਆਂ ਨੇ ਜੀ। ਮਤਲਬ ਕਿ ਇਹ ਪਹਿਲਾਂ ਕਿਸਾਨ ਕਦੇ ਨਹੀਂ ਖੁਦਕੁਸ਼ੀਆਂ ਕਰਦਾ ਸੀ, ਹਾਲਾਂਕਿ ਗਰੇਵਾਲ ਸਾਹਿਬ ਨੇ ਕਿਹਾ ਵੀ ਕਰਜ਼ਾ ਹੀ ਸੀਗਾ, ਉਦੋਂ ਸ਼ਾਹੂਕਾਰ ਦਾ ਕਰਜ਼ਾ ਹੀ ਹੁੰਦਾ ਸੀ, ਸ਼ਾਹੂਕਾਰ ਦੇ ਨਾਲ ਉਹਦਾ ਇੱਕ ਸਾਂਝ ਸੀ, ਇੱਕ ਪਰਦੇ ਵਾਲੀ ਸਾਂਝ ਸੀ। ਅਤੇ ਜਿਹੜਾ ਹਰਾ ਇਨਕਲਾਬ ਹੈ ਪੰਜਾਬ 'ਚ, ਉਹਦਾ ਤਜਰਬਾ ਕੀਤਾ ਗਿਆ ਪੰਜਾਬ 'ਚ, ਖੇਤੀ ਪੈਦਾਵਾਰ ਤਾਂ ਜ਼ਰੂਰ ਵੱਧ ਗਈ ਹਰੇ ਇਨਕਲਾਬ ਨਾਲ, ਪਰ ਖੇਤੀ ਲਾਗਤਾਂ ਉਸ ਤੋਂ ਜ਼ਿਆਦਾ ਵੱਧ ਗਈਆਂ। ਹਾਂਜੀ। ਅਤੇ ਜਦੋਂ ਪੰਜਾਬ ਹਰਿਆਣਾ, ਚਲੋ ਇਹ ਸਾਰਾ ਜਿਹੜਾ ਖੇਤਾ ਸੀ, ਅਤੇ
ਖੇਤੀ ਲਾਗਤਾਂ ਵਧਣ ਨਾਲ ਕਿਸਾਨ ਦੀ ਜਿਹੜੀ ਇੱਕ ਹੋਰ ਖਾਸ ਕਰਕੇ ਇਸ ਖਿੱਤੇ ਦੇ ਕਿਸਾਨ ਦੀ ਇੱਕ ਸੁਭਾਅ ਦੇ ਵਿੱਚ ਹੈ ਜਿਹੜੀ ਉਹਦੀ ਅਣਖ ਹੈ ਤੇ ਉਹ ਇੱਕ ਬਹੁਤ ਵੱਡਾ ਗੈਰਤ ਹੈ ਜਿਹੜੀ ਉਹ ਬਹੁਤ ਵੱਡਾ ਪਾਰਟ ਪਲੇ ਕਰਦੀ ਹੈ ਕਿਸਾਨ ਜਦੋਂ ਚਾਰੇ ਪਾਸੇ ਹੁਣ ਦੇਖੋ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਸੋਸਾਇਟੀਆਂ ਦਾ ਕਰਜ਼ਾ ਆੜ੍ਹਤੀਆਂ ਦਾ ਕਰਜ਼ਾ ਚਾਰੇ ਪਾਸੇ ਉਹ ਕਰਜ਼ੇ ਦੇ ਵਿੱਚ ਘਿਰਿਆ ਹੋਇਆ ਜ਼ਮੀਨ ਹੋਲਡਿੰਗ ਜਿਹੜੀ ਉਹਦੀ ਲੈਂਡ ਹੋਲਡਿੰਗ ਬਹੁਤ ਜ਼ਿਆਦਾ ਘੱਟ ਗਈ ਹੈ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਉਹ ਭੁੱਖਾ ਸੌਂਦਾ ਮਿਹਨਤ ਕਰਨ ਦੇ ਸਾਰਾ ਦਿਨ ਮਿਹਨਤ ਕਰਨ ਦੇ ਬਾਵਜੂਦ ਪਿੱਛੇ ਜੇ ਇੱਕ ਜਿਹੜੀ ਸੈਂਪਲ ਸਰਵੇ ਆਫ ਇੰਡੀਆ ਦੀ ਜਿਹੜੀ ਰਿਪੋਰਟ ਸੀ ਉਹਦੇ ਮੁਤਾਬਕ ਇੱਕ ਜਿਹੜਾ 4-5 ਪਰਿਵਾਰਾਂ ਵਾਲਾ ਕਿਸਾਨ ਹੈ ਉਹਦੀ ਸਾਰੀ 6,000 ਰੁਪਈਆ ਉਹਦੀ ਬਣਦੀ ਹੈ ਜਿਹੜੀ ਇਨਕਮ ਹੈ ਜਿਹੜੀ ਗੁਜ਼ਾਰਾ ਕਰੇ ਕਿੱਦਾਂ ਉਹ ਗੁਜ਼ਾਰਾ ਕਰੂ ਤੇ ਇਸ ਕਰਕੇ ਫਿਰ ਜਦੋਂ ਉਹਨੂੰ ਫੇਸ ਨਹੀਂ ਕਰ ਸਕਦਾ ਤੇ ਉਹ ਫਿਰ ਉਹਦੇ ਕੋਲ ਲੱਗਦਾ ਖੁਦਕੁਸ਼ੀਆਂ ਉਹਦਾ ਕੋਈ ਸ਼ੌਂਕ ਨਹੀਂ ਹੈਗਾ ਜੀ ਜੀ ਗਰੇਵਾਲ ਸਰ ਤੁਸੀਂ ਜਿੱਦਾਂ ਕਿਹਾ ਕਿ ਵੀ ਪਿਛਲੇ ਸਮੇਂ 'ਚ ਵੀ ਕਿਸਾਨਾਂ ਦੇ ਉੱਤੇ ਕਰਜ਼ਾ ਸੀ ਜਿਹੜੀ ਰਪਾਲ ਜੀ ਨੇ ਵੀ ਔਰ ਬਰਾੜ ਹੋਣਾ ਨੇ ਵੀ ਇਹ ਗੱਲ ਜਿਹੜੀ ਚੁੱਕੀ ਹੈਗੀ ਹੈ ਕਿਸੇ ਨਾ ਕਿਸੇ ਹੱਦ ਤੱਕ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਉਹ ਵੀ ਜ਼ਿੰਮੇਵਾਰ ਹੈ ਫਾਰ ਐਗਜ਼ਾਮਪਲ ਜੇ ਆਪਾਂ ਸਰਕਾਰਾਂ ਦੇ ਬਜਟ ਨੂੰ ਚੁੱਕ ਕੇ ਦੇਖੀਏ ਤਾਂ ਜਿਹੜੇ ਪਹਿਲੇ 10 ਤਰਜੀਹੀ ਖੇਤਰ ਆਪਾਂ ਮੰਨੇ ਜਾਂਦੇ ਆ 1, 2, 3, 4, 10 ਤੱਕ ਲੈ ਕੇ ਜਿਹੜਾ ਹੈਗਾ ਉਹਨਾਂ 10 ਦੇ ਵਿੱਚ ਵੀ ਐਗਰੀਕਲਚਰ ਸੈਕਟਰ ਨਹੀਂ ਆਉਂਦਾ ਉਦੋਂ ਬਾਅਦ 'ਚ ਆਉਂਦਾ ਕਿਤੇ ਇਹ ਵੀ ਹੈ ਕਿ ਵੀ ਸਰਕਾਰਾਂ ਦੀਆਂ ਜਿਹੜੀਆਂ ਪੋਲਿਸੀਜ਼ ਹੈਗੀਆਂ ਉਹ ਵੀ ਬਹੁਤ ਵੱਡਾ ਕਾਰਨ ਹੈ ਜਿਹਦੇ ਕਰਕੇ ਫਾਰਮਰ ਸੁਇਸਾਈਡ ਕਰ ਰਹੇ ਹੈ। ਦੇਖੋ ਇੱਕ ਤਾਂ ਇਸ ਮੁਲਕ 'ਚ ਜੀ ਖੇਤੀ ਆਧਾਰਿਤ ਆਰਥਿਕਤਾ ਇਸ ਦੀ ਦੇਸ਼ ਦੀ ਜੀ ਔਰ ਪੰਜਾਬ ਦੀ ਤਾਂ ਹੈਗੀ ਜੀ ਜੀ ਪਰ ਅਜੇ ਤੱਕ ਵੀ ਖੇਤੀ ਲਈ ਅਲੱਗ ਤੋਂ ਬਜਟ ਜਿਹੜਾ ਆਉਣਾ ਚਾਹੀਦਾ ਉਹ ਨਹੀਂ ਆਉਂਦਾ ਔਰ ਜਿਹੜੀ ਸੋਚ ਬਣਨੀ ਚਾਹੀਦੀ ਜਿੱਦਾਂ ਇਹ ਭਾਈ ਸਾਹਿਬ ਕਹਿ ਰਹੇ ਸੀ ਉਹ ਠੀਕ ਕਹਿ ਰਹੇ ਆ ਕਿ ਜਿਹੜਾ ਅਸੀਂ ਸਮਾਜਿਕ ਸਿਸਟਮ ਬਣਿਆ ਹੋਇਆ ਸੀ ਜੀ ਜੀ ਉਸ ਨੂੰ ਅਸੀਂ ਤੋੜ ਦਿੰਦੇ ਹਾਂ ਔਰ ਜ਼ਿਆਦਾ ਉਤਸ਼ਾਹੀ ਘੋਸ਼ਣਾਵਾਂ ਕਰਦੇ ਹਾਂ ਕੋਈ ਵੀ ਸਰਕਾਰ ਆਵੇ ਮੈਂ ਕਿਸੇ ਸਰਕਾਰ ਦੀ ਨਹੀਂ ਗੱਲ ਕਰਦਾ ਜਾਂ ਲੀਡਰਸ਼ਿਪ ਦੀ ਨਹੀਂ ਗੱਲ ਕਰਦਾ ਕੋਈ ਵੀ ਆਉਂਦਾ ਉਹ ਇਸ ਤਰ੍ਹਾਂ ਕਰਦਾ ਓਕੇ ਔਰ ਡੈਮੋਕ੍ਰੇਸੀ ਹੈ ਔਰ ਇਹਦੇ 'ਚ ਕੀ ਹੋਇਆ ਕਿ ਅਸੀਂ ਇਹ ਸਿਸਟਮ ਜਿਹੜਾ ਤੋੜਿਆ ਆੜ੍ਹਤੀਏ ਨੂੰ ਇਹ ਪਤਾ ਹੁੰਦਾ ਸੀ ਕਿ ਕਿਸਾਨ ਦੀ ਜੇਬ 'ਚ ਇਹਦੀ ਕਿੰਨੀ ਫਸਲ ਆਉਣੀ ਆ ਇਹਨੂੰ ਕਿੰਨਾ ਪੈਸਾ ਮੈਂ ਦੇਣਾ ਚਾਹੇ ਉਹ ਜ਼ਿਆਦਾ ਲੁੱਟ ਵੀ ਕਰਦਾ ਸੀ ਅਤੇ ਅਸੀਂ ਉਹ ਸਿਸਟਮ ਤੋੜ ਕੇ ਕਿਸਾਨ ਕ੍ਰੈਡਿਟ ਕਾਰਡ ਲਿਆ ਅਤੇ ਹੋਰ ਲਿਆ ਤਾਂ ਉਹ ਸਿਸਟਮ ਉਹ ਨਵਾਂ ਢਾਂਚਾ ਖੜਾ ਪ੍ਰੋਪਰ ਕਰਦੇ ਉਹ ਕੀਤਾ ਨਹੀਂ ਅਤੇ ਹੁਣ ਜ਼ਮੀਨ ਦੀਆਂ ਕੀਮਤਾਂ ਲਗਾ ਕੇ ਉਹਦੇ ਨਾਲ ਲਿਮਟਾਂ ਬਣ ਗਈਆਂ ਕਿਸਾਨਾਂ ਨੇ ਪੈਸਾ ਬਹੁਤ ਜ਼ਿਆਦਾ ਚੱਕ ਲਿਆ ਅੱਗੇ ਆਤਮ ਹੱਤਿਆਵਾਂ ਦਾ ਦੌਰ ਹੋਰ ਵੱਧ ਸਕਦਾ ਕਿਉਂਕਿ ਉਹ ਜਦੋਂ ਇੰਨੇ ਕਰਜ਼ਾਈ ਹੋ ਜਾਣਗੇ ਤਾਂ ਬਿਲਕੁਲ ਹੀ ਉਹ ਜ਼ਮੀਨ ਡੇਂਜਰਸ ਹੈਗਾ ਬਹੁਤ ਡੇਂਜਰ ਗਰੇਵਾਲ ਸਾਹਿਬ ਇੱਕ ਮੈਂ ਬੜੀ ਇੰਪੋਰਟੈਂਟ ਇਸ਼ੂ ਹੈਗਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਕਿਸੇ ਸਰਕਾਰ ਦੀ ਗੱਲ ਨਹੀਂ ਕਰਦੇ ਪਰ ਮੈਂ ਤੁਹਾਡੀ ਸਰਕਾਰ ਦੀ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ BJP ਜਿਹੜਾ ਕਿ ਪਿਛਲੇ 10 ਸਾਲ ਤੋਂ ਲਗਾਤਾਰ ਪੰਜਾਬ ਦੇ ਵਿੱਚ ਕਾਬਜ ਹੈ ਪਹਿਲੀ ਵਾਰ ਆਏ ਦੂਜੀ ਵਾਰ ਆਏ ਔਰ ਸੁਖਬੀਰ ਜੀ ਦਾ ਕਹਿੰਦੇ ਕਿ 25 ਸਾਲ ਅਸੀਂ ਪੰਜਾਬ ਦੇ ਅੰਦਰ ਰਾਜ ਕਰਨਾ ਹੈ ਜੇ 10 ਸਾਲ ਦੇ ਅੰਦਰ ਅਸੀਂ ਫਾਰਮਰਸ ਦੇ ਲਈ ਇੱਦਾਂ ਦੀ ਪੋਲਿਸੀ ਨਹੀਂ ਬਣਾ ਸਕੇ ਤਾਂ ਸਾਨੂੰ ਕਿੰਨਾ ਸਮਾਂ ਚਾਹੀਦਾ ਹੈ ਇਹਨਾਂ ਨੀਤੀਆਂ ਨੂੰ ਬਣਾਉਣ ਦੇ ਲਈ? ਇਸ ਤਰ੍ਹਾਂ ਜੀ ਮੈਂ ਤਾਂ ਦੇਸ਼ ਦੀ ਸਰਕਾਰ ਦੀ ਗੱਲ ਕਰੂੰਗਾ ਜੀ ਪੰਜਾਬ ਦੀ ਸਰਕਾਰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਬੁਲਾਰੇ ਬੈਠੇ ਹੁੰਦੇ ਉਹ ਦੱਸਦੇ ਅਸੀਂ 1 ਸਾਲ ਸਾਨੂੰ ਆਇਆ ਨੂੰ ਹੋਇਆ ਜੀ ਅਸੀਂ ਇਸ ਤੋਂ ਬਾਅਦ ਸੋਚ ਰਹੇ ਹਾਂ ਕਿ ਕਿਸਾਨਾਂ ਨੂੰ ਜੇ 60 ਸਾਲ ਤੱਕ ਕਿਸਾਨ ਸੇਵਾ ਕਰਦਾ ਉਹਦਾ ਇੱਕੋ ਇੱਕ ਸਿੱਧਾ ਹੱਲ ਆ ਕਿ ਉਸ ਦੇ ਲਈ ਕੋਈ ਐਸਾ ਤਰੀਕਾ ਕੱਢਿਆ ਜਾਵੇ ਕਿ ਜਿਸ ਤਰ੍ਹਾਂ ਦੂਸਰੇ ਕੋਈ ਇੰਪਲੋਈ ਸੇਵਾ ਕਰਦੇ ਆ ਉਸ ਤੋਂ ਬਾਅਦ ਪੈਨਸ਼ਨ ਮਿਲਦੀ ਹੈ ਜੀ ਉਸ ਨੂੰ ਪੈਨਸ਼ਨ ਮਿਲੇ ਔਰ ਉਹ 5,000 ਹੋਵੇ 6,000 ਹੋਵੇ 4,000 ਹੋਵੇ ਕੀ ਹੋਵੇ ਔਰ ਉਸ ਦੇ ਨਾਲ ਕੁਛ ਆਤਮ ਹੱਤਿਆਵਾਂ ਰੁਕ ਸਕਦੀਆਂ ਨੇ ਜੀ ਜੇ ਉਹ ਪੈਨਸ਼ਨ ਉਹਨੂੰ ਨਹੀਂ ਮਿਲੇਗੀ ਤਾਂ ਕਿਸਾਨ ਦੀ ਹਾਲਤ ਜਿਹੜੀ ਆ ਉਹਦਾ ਪਰਿਵਾਰ ਉਹਦੇ 'ਤੇ ਨਿਰਭਰ ਜਿਹੜਾ ਉਹ ਬੜੀ ਮੁਸ਼ਕਲ 'ਚ ਹੈਗਾ ਓਕੇ ਓਕੇ ਤੁਹਾਨੂੰ ਲੱਗਦਾ ਕਿ ਵੀ ਇੱਦਾਂ ਦੀਆਂ ਪੋਲਿਸੀ ਜਿਹੜੀਆਂ ਕਰਨਾ ਪਏਗਾ ਬਣਾਉਣੀਆਂ ਪੈਣੀਆਂ ਕਰਨਾ ਪਏਗਾ ਜੀ ਬਰਾੜ ਜੀ ਤੁਸੀਂ ਜਿਹੜੀ ਕੇਂਦਰ ਸਰਕਾਰ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਹੈ ਮੈਂ ਉਸ 'ਤੇ ਵੀ ਆਉਣਾ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਨਾਲ ਵੀ ਬਰਾੜ ਜੀ ਗੱਲ ਕਰਨੀ ਚਾਹੁੰਦਾ ਕਿ ਹਰਿਆਣਾ ਦੇ ਅੰਦਰ ਆਪਣੀ NLO ਦੀ ਵੀ ਸਰਕਾਰ ਰਹੀ ਹੈ ਖਰ ਤੋਂ BJP ਦੇ ਅਕਾਲੀ ਦਲ ਵੀ ਮੇਰਾ ਖਿਆਲ ਉੱਥੇ ਪਾਰਟਨਰ ਰਹੇ ਹੈ ਉਹ ਦੌਰ ਦੇ ਵਿੱਚ ਵੀ ਅਸੀਂ ਫਾਰਮਰ ਦੇ ਲਈ ਕਿਹੜੀ ਇਹੋ ਜਿਹੀ ਗੱਲ ਕੀਤੀ ਜਿਹਨੇ ਆਪਾਂ ਕਹੀਏ ਕਿ ਵੀ ਹੁਣ ਠੀਕ ਹੋ ਸਕਦੀ ਹੈ ਕਿ ਜਗਤਾਰ ਜੀ ਕਿ ਅੱਜ ਸੈਂਟਰ ਗੌਰਮੈਂਟ MSP ਤਾਂ ਘੋਸ਼ਿਤ ਕਰ ਦਿੰਦੀ ਹੈ ਜੀ ਲੇਕਿਨ ਉਸ 'ਤੇ ਜ਼ਿਆਦਾਤਰ ਸਟੇਟਾਂ 'ਚ ਜ਼ਿਆਦਾਤਰ ਜਿਨਸਾਂ ਖਰੀਦਣੀ ਹੁੰਦੀਆਂ ਸਿਰਫ ਕੈਸ਼ ਕਰੋਪ ਧਾਨ ਔਰ ਕਣਕ ਹੀ ਖਰੀਦ ਹੁੰਦੀ ਹੈ ਬਾਕੀ ਜਿਹੜੀਆਂ ਨੇ ਚਾਹੇ ਬਾਜਰਾ ਹੈ ਚਾਹੇ ਹੋਰ ਹੈ ਉਹਨਾਂ ਦੀ ਖਰੀਦ ਨਹੀਂ ਹੁੰਦੀ ਜੀ ਮੇਰੇ ਯਾਦ ਹੈ ਕਿ ਜਦੋਂ ਹਰਿਆਣੇ 'ਚ NLO ਦੀ ਸਰਕਾਰ ਸੀ ਚੁਟਾਲਾ ਸਾਹਿਬ CM ਸੀ ਔਰ ਬਾਜਰਾ ਜਿਹੜਾ MSP ਤੋਂ 200 ਰੁਪਏ 150 ਰੁਪਏ ਕੁਇੰਟਲ ਸਸਤਾ ਵਿਕ ਰਿਹਾ ਸੀਗਾ ਉਹਨਾਂ ਨੇ ਅਧਿਕਾਰੀਆਂ ਨੂੰ ਬੁਲਾ ਕੇ ਕਿਹਾ ਕਿ ਬਈ ਤੁਸੀਂ ਇਹਨਾਂ ਦੀ ਖਰੀਦ ਕਰੋ ਜਦੋਂ ਸਰਕਾਰ ਨੇ ਸਪੋਰਟ ਪ੍ਰਾਈਸ ਫਿਕਸ ਕਰ ਰੱਖੀ ਹੈ ਅਤੇ ਇਸ 'ਤੇ ਖਰੀਦ ਕਰੋ ਉਹਨਾਂ ਨੇ ਕਿਹਾ ਕਿ ਸੈਂਟਰ ਗੌਰਮੈਂਟ ਇਸ ਦੀ ਖਰੀਦ ਨਹੀਂ ਲੈਂਦੀ ਇਹਨੂੰ ਨਹੀਂ ਖਰੀਦਦੀ ਇਸ ਕਰਕੇ ਅਸੀਂ ਖਰੀਦ ਨਹੀਂ ਕਰ ਸਕਦੇ ਸਾਨੂੰ ਇਹ 'ਚ ਬੜਾ ਘਾਟਾ ਪਏਗਾ ਓਕੇ ਉਹਨਾਂ ਨੇ ਕਿਹਾ ਕਿ ਅਗਰ ਹੈਫੜ ਵਰਗੀਆਂ ਸੰਸਥਾਵਾਂ ਨੂੰ ਮੁਨਾਫਾ ਕਿਸਾਨਾਂ ਕਰਕੇ ਹੁੰਦਾ ਤਾਂ ਘਾਟਾ ਵੀ ਤੁਹਾਨੂੰ ਚੱਲਣਾ ਚਾਹੀਦਾ ਉਹਨਾਂ ਨੇ ਸਾਰੀ ਦੀ ਸਾਰੀ ਜਿਹੜੀ ਸੀ ਬਾਜਰੀ ਦੀ ਖਰੀਦ MSP 'ਤੇ ਕਰਾਈ ਔਰ ਉਸ ਤੋਂ ਬਾਅਦ ਸੈਂਟਰ ਨੇ ਲਿਆ ਨਹੀਂ 150 ਰੁਪਏ ਕੁਇੰਟਲ ਓਪਨ ਮਾਰਕੀਟ 'ਚ ਸਸਤਾ ਵੇਚਿਆ ਕਿਸਾਨ ਨੂੰ ਨੁਕਸਾਨ
ਛੋਟੇ ਜਿਹੇ ਬ੍ਰੇਕ ਦਾ ਕਈ ਅਹਿਮ ਸਵਾਲ ਹੈ, ਬਿਲਕੁਲ ਸਹੀ ਹੈ, ਜਿੱਦਾਂ ਅਸੀਂ ਮਹਿਮਾਨਾਂ ਦੇ ਨਾਲ ਡਿਸਕਸ਼ਨ ਕਰ ਰਹੇ ਹਾਂ, ਉਹਨਾਂ ਮੁੱਦਿਆਂ ਦੇ ਬ੍ਰੇਕ ਤੋਂ ਬਾਅਦ ਚਰਚਾ ਲੈ ਕੇ ਦੁਬਾਰਾ ਹਾਜ਼ਰ ਹੁੰਦੇ ਹਾਂ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੋੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਫਾਰਮਰ ਸੁਇਸਾਈਡ ਦੇ ਮੁੱਦੇ ਨੂੰ ਲੈ ਕੇ ਪੰਜਾਬ, ਹਰਿਆਣਾ ਜਾਂ ਕੇਂਦਰ ਦੀਆਂ ਸਰਕਾਰਾਂ ਕਿੰਨੀਆਂ ਕੁ ਜ਼ਿੰਮੇਵਾਰ ਆ, ਜਾਂ ਫਾਰਮਰਸ ਨੂੰ ਕਿੱਦਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬ੍ਰਾਟ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਇਹ ਵੀ ਜਾਣਨਾ ਚਾਹੁੰਦੇ ਹਾਂ, ਜਿੱਦਾਂ ਗਰੇਵਾਲ ਜੀ ਨੇ ਕਿਹਾ ਕਿ ਹੁਣ ਕੇਂਦਰ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਆਈ ਹੈ ਉਹਨਾਂ ਨੇ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਅਤੇ ਹੋਰ ਬੈਨੀਫਿਟਸ ਵੀ ਕਰਨੀ ਹੈ ਜਿਹੜੀ ਹੈਗੀ ਹੈ। ਇਸ ਤਰ੍ਹਾਂ ਹੈ ਕਿ ਪਹਿਲਾਂ ਜਿਹੜਾ ਖੇਤੀ ਦਾ ਸੀ ਉਹ GDP ਦੇ ਵਿੱਚ ਲਗਭਗ 40-50% ਯੋਗਦਾਨ ਖੇਤੀ ਦਾ ਹੁੰਦਾ ਸੀਗਾ ਜੀ, ਔਰ ਹੁਣ ਹੌਲੀ ਹੌਲੀ ਉਹ ਘੱਟ ਕੇ 14-15% 'ਤੇ ਆ ਗਿਆ। ਯਾਨੀ ਖੇਤੀ ਇੰਨਾ ਜ਼ਿਆਦਾ ਨੁਕਸਾਨ ਦੇ ਵਿੱਚ ਚਲੀ ਗਈ ਹੈ, ਇੰਨਾ ਜ਼ਿਆਦਾ ਘਾਟੇ ਦਾ ਸੌਦਾ ਹੋ ਗਈ ਹੈ। ਅੱਜ ਹਰਿਆਣਾ ਸਰਕਾਰ ਨੇ ਜਦੋਂ MSP ਫਿਕਸ ਕਰਨ ਵਾਸਤੇ ਭੇਜਿਆ ਤਾਂ ਦੱਸਿਆ ਕਿਸਾਨਾਂ ਦਾ ਜਿਹੜੀ ਲਾਗਤ ਮੁੱਲ ਹੈ 1943 ਰੁਪਏ ਹੈ, 1943 ਲਾਗਤ ਮੁੱਲ ਹੈ, 1450 ਅਸੀਂ ਉਹਨਾਂ ਨੂੰ ਦਿੰਦੇ ਹਾਂ, ਔਰ ਕਿਸਾਨ ਕਿੰਨੇ ਸਾਲ ਘਾਟਾ ਚੱਲ ਚੱਲ ਕੇ ਉਸ ਨੂੰ ਸਰਵਾਈਵ ਕਰ ਸਕਦਾ ਹੈਗਾ। ਕਿਸਾਨ ਦੀ ਜਿੰਨਾ ਚਿਰ ਪਰਚੇਜਿੰਗ ਪਾਵਰ ਨਹੀਂ ਵਧਾਵਾਂਗੇ ਉਹਨਾਂ ਚਿਰ ਪੂਰੇ ਦੇਸ਼ ਦਾ ਕਿਤੇ ਕਲਿਆਣ ਨਹੀਂ ਹੋ ਸਕਦਾ, ਕਿਸੇ ਦਾ ਕਿਸੇ ਵਰਗ ਦਾ ਨਹੀਂ ਹੋ ਸਕਦਾ। ਓਕੇ ਅਸੀਂ ਗਰੇਵਾਲ ਸਾਹਿਬ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ, ਜਿਹੜਾ ਰਪਾਲ ਜੀ ਨੇ ਵੀ ਇਸ਼ੂ ਰੇਜ਼ ਕੀਤਾ ਕਿ ਸਵਾਮੀਨਾਥਨ ਕਮੇਟੀ ਦੀ ਗੱਲ ਇਹਨੇ ਕਹਿਣਾ ਜਿਹੜਾ ਫਾਰਮਰ ਜਿਹੜਾ ਹੈਗਾ ਉਹਦੇ ਲਾਗਤ ਮੁੱਲ ਹੀ ਇੰਨੇ ਆ, ਅਤੇ ਅਸੀਂ ਜਦੋਂ ਇਲੈਕਸ਼ਨਸ ਵੇਲੇ ਕਿਹਾ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਦੇ ਹਾਂ, ਹੁਣ ਕਿਸਾਨਾਂ ਨੂੰ ਲਾਹੇਵੰਦ ਭਾਅ ਹੀ ਨਹੀਂ ਮਿਲ ਰਹੇ ਤਾਂ ਸੁਇਸਾਈਡ ਹੀ ਕਰਨਗੇ ਕਿਸਾਨ। ਦੇਖੋ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਾ ਕਦੋਂ ਫਾਇਦਾ ਜੀ? ਜਦੋਂ MSP ਦੀ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਹੋਵੇ, ਔਰ ਉਹਦੇ 'ਚ ਵੀ ਬਹੁਤ ਸਾਰੀਆਂ ਕਮੀਆਂ ਨੇ ਕਿਉਂਕਿ ਇੰਨਾ ਟਾਈਮ ਨਹੀਂ ਆਪਣੇ ਕੋਲ, ਨਹੀਂ ਮੈਂ ਉਸ 'ਤੇ ਬੋਲਦਾ ਜੀ ਜੀ। ਇਹ ਤਾਂ ਇੱਕ ਵਿਵਸਥਾ ਇਹਦੇ 'ਤੇ ਬੈਠ ਕੇ ਨੀਤੀ ਬਣਾ ਕੇ ਕਰਨੀ ਪੈਣੀ ਆ। ਜਿਹੜਾ ਦੱਸ ਰਿਹਾ ਨਾ ਜੀ, ਉਹਦਾ ਵਿਚਾਰ ਚੱਲ ਰਿਹਾ ਜੀ, ਔਰ ਇੱਕ ਸਾਲ 'ਚ ਕੁਛ ਵੀ ਨਹੀਂ ਕਰ ਸਕਦੇ ਜਿਹੜਾ ਇੰਨੇ ਸਾਲਾਂ ਦਾ ਸਿਸਟਮ ਵਿਗੜਿਆ ਹੋਇਆ। ਸਭ ਤੋਂ ਵੱਡੀ ਗੱਲ ਇਹ ਆ ਕਿ ਵੇਅਰ ਹਾਊਸਿੰਗ ਦੀ ਕਿਸਾਨ ਨੂੰ ਵਿਵਸਥਾ ਸਰਕਾਰ ਨੂੰ ਕਰਕੇ ਦੇਣੀ ਪਊਗੀ। ਉਹਦੀ ਜਿਹੜੀ ਫਸਲ ਹੈਗੀ ਆ, ਜਦੋਂ ਟਮਾਟਰ ਦਾ ਟਾਈਮ ਆਉਂਦਾ ਉਦੋਂ ਉਹ ਸੜਕਾਂ 'ਤੇ ਸਿੱਟਣੇ ਪੈਂਦੇ ਆ, ਜਦੋਂ ਆਲੂ ਦਾ ਟਾਈਮ ਆਉਂਦਾ ਉਹ ਸੜਕਾਂ 'ਤੇ ਸਿੱਟਣਾ ਪੈਂਦਾ, ਉਹਦੀ ਜਿਹੜੀ ਪਟਾਈ ਆ ਉਹਦਾ ਵੀ ਖਰਚਾ ਉਹਦਾ ਪੂਰਾ ਨਹੀਂ ਹੁੰਦਾ, ਉਸ ਤੋਂ ਬਾਅਦ ਜਾ ਕੇ 25-25 ਰੁਪਏ ਕਿਲੋ ਹੋ ਜਾਂਦਾ, 50-50 ਰੁਪਏ ਕਿਲੋ ਤੱਕ ਪਹੁੰਚ ਜਾਂਦਾ। ਉਹ ਕਿਸਾਨ ਨੂੰ ਉਹ ਰੱਖ ਕੇ ਉਹਦਾ ਕੁਛ ਪੈਸਾ ਉਸ ਨੂੰ ਬੈਂਕ ਵਿਵਸਥਾ ਕਰਨ ਉਹ ਦੇਣ, ਔਰ ਉਸ ਤੋਂ ਬਾਅਦ ਉਹ ਮੰਡੀ 'ਚ ਉਸ ਟਾਈਮ ਵਿਕੇ, ਉਹ ਮੁਨਾਫਾ ਕਿਸਾਨ ਕੋਲ ਜਾਵੇ। ਓਕੇ, ਇਹ ਨੀਤੀਆਂ ਰਪਾਲ ਜੀ ਜਿਹੜਾ ਇਹ ਕਹਿ ਰਿਹਾ ਕਿ ਵੀ ਇਹ ਫਾਰਮਰਸ ਦੇ ਲਈ ਹੋਣਾ ਚਾਹੀਦਾ, ਆਲੂਆਂ ਦੀ ਗੱਲ ਹੈ, ਟਮਾਟਰਾਂ ਦੀ ਗੱਲ ਹੈਗੀ ਹੈ, ਪਰ ਸਵਾਲ ਇਹ ਵੀ ਹੈਗਾ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਮੋਦੀ ਸਰਕਾਰ 1 ਸਾਲ ਹੋਰ 2 ਦਿਨਾਂ ਤੱਕ ਮੁਕੰਮਲ ਕਰਨ ਜਾ ਰਹੀ ਹੈ, 1 ਸਾਲ ਵੀ ਕੋਈ ਘੱਟ ਨਹੀਂ ਹੁੰਦਾ, ਕਹਿੰਦੇ ਕਿ ਵੀ ਅਜੇ ਸਮਾਂ ਬਹੁਤ ਘੱਟ ਹੈ, ਅਸੀਂ ਆਉਂਦੇ ਦਿਨਾਂ 'ਚ ਲਾਗੂ ਕਰਾਂਗੇ। ਇਸ ਤਰ੍ਹਾਂ ਗਰੇਵਾਲ ਸਾਹਿਬ ਨੇ ਗੱਲ ਕਹੀ, ਗੱਲ ਕਹਿਣ ਨੂੰ ਤਾਂ ਬੜੀ ਇਹ ਵਧੀਆ ਲੱਗਦੀ ਹੈ। ਪਹਿਲਾਂ ਸਾਡੇ ਵੇਅਰ ਹਾਊਸਿੰਗ ਦਾ ਇੱਥੇ ਸਿਸਟਮ ਸੀ, ਉਹ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੀ ਹੈ ਇੱਥੇ, ਹੋਰ ਵੀ ਇੱਦਾਂ ਦੀਆਂ ਮਾਰਕਫੈਡ ਕੋਲ ਹੈ ਹੋਰ ਜੀ ਜੀ, ਪਰ ਜਦੋਂ ਪ੍ਰੈਕਟੀਕਲੀ ਅਸੀਂ ਦੇਖਦੇ ਹਾਂ ਵੀ ਉਹ ਕਿੰਨਾ ਕੁ ਉਹ ਕਾਮਯਾਬ ਹੋਇਆ ਜਾਂ ਉੱਥੇ ਇੱਕ ਸਿਸਟਮ, ਕਿਉਂਕਿ ਜਿੰਨਾ ਚਿਰ ਕਿਸਾਨ ਦੇ ਜਿਹੜੀਆਂ ਗੱਲਾਂ ਕਿਸਾਨ ਦੇ ਦੇਖੋ ਸੁਭਾਅ 'ਚ ਨਹੀਂ ਹੈਗੀਆਂ, ਪਹਿਲਾਂ ਉਹਨੇ ਉਹਦੇ ਸੁਭਾਅ 'ਚ ਉਹ ਗੱਲਾਂ ਲਿਆਉਣੀਆਂ ਪੈਣਗੀਆਂ, ਫਿਰ ਉਹ ਭਾਵੇਂ ਫਿਰ ਉਹਨੂੰ ਕਿਉਂਕਿ ਲਾਗੂ ਕਰ ਸਕਦੇ। ਅਤੇ ਦੂਸਰੀ ਗੱਲ, ਗਰੇਵਾਲ ਸਾਹਿਬ ਨੇ ਕਿਹਾ ਵੀ 1 ਸਾਲ ਦੇ ਵਿੱਚ ਇਹ ਜਿਹੜੀ ਗੱਲ ਕਰਦੇ ਆ ਉਹ ਤਾਂ ਉਲਟਾ ਕਰਤਾ BJP ਸਰਕਾਰ ਨੇ, ਤਾਂ BJP ਸਰਕਾਰ ਨੇ ਤਾਂ FCI ਦੀ ਅਨਬੰਡਲਿੰਗ ਦੀ ਰਿਪੋਰਟ ਦੇਤੀ, ਜਿਹੜੀ ਸ਼ਾਂਤਾ ਕੁਮਾਰ ਦੀ ਕਮੇਟੀ ਹੈ ਉਹ ਸਾਰੀ ਕਿਸਾਨ ਦੇ ਸਾਰੀ ਉਲਟ ਜਾਂਦੀ ਹੈ ਜਿਹੜੀ ਉਹਦੀ ਰਿਪੋਰਟ ਹੈਗੀ। ਅਤੇ ਨਹੀਂ ਹੋਈ ਜਾਂ ਨਹੀਂ ਹੋਈ, ਗੱਲ ਤਾਂ ਇਹ ਨਹੀਂ ਗਰੇਵਾਲ ਸਾਹਿਬ, ਗੱਲ ਤਾਂ ਇਹ ਹੈ ਨਾ ਵੀ ਜਦੋਂ ਅਸੀਂ ਅਗਲੀਆਂ ਗੱਲਾਂ ਤਾਂ ਬਾਅਦ 'ਚ ਕਰਦੇ ਹਾਂ, ਨਹੀਂ ਪ੍ਰੈਕਟੀਕਲੀ ਜਿਹੜੀ ਗੱਲ ਕਰ ਰਹੀ ਹੈ ਸਰਕਾਰ ਆਪਾਂ ਉਹਦੀ ਗੱਲ ਕਰਦੇ ਹਾਂ। ਭਾਈ ਸਾਹਿਬ BJP ਦੀ ਸਰਕਾਰ ਤੋਂ ਪਹਿਲਾਂ ਹੀ ਬਣੀ ਸੀ, ਭਾਵੇਂ ਪਹਿਲਾਂ ਬਣੀ ਸੀ ਤੇ UPA ਦੀ ਸਰਕਾਰ ਨੇ ਬਣਾਈ ਸੀ, ਉਸ BJP ਦਾ ਕੀ ਦੋਸ਼ ਹੈ? ਨਹੀਂ ਨਹੀਂ ਨਹੀਂ, ਉਹ ਐਸ ਹੈ, ਉਹ ਸ਼ਾਂਤਾ ਕੁਮਾਰ ਜੀ ਦੀ ਜੀ ਕਮੇਟੀ ਬਣੀ ਸੀ, ਸ਼ਾਂਤਾ ਕੁਮਾਰ ਜੀ ਦੀ ਜਿਹੜੀ ਕਮੇਟੀ ਨੇ ਕਿਹਾ ਹੈ ਕਿ FCI ਨੂੰ ਹੌਲੀ ਹੌਲੀ ਇਸ ਪਰਚੇਜ਼ 'ਚੋਂ ਆਪਦਾ ਹੱਥ ਖਿੱਚ ਲੈਣਾ ਚਾਹੀਦਾ ਹੈ। ਇੱਕ ਮਿੰਟ ਤੁਸੀਂ ਦੇ ਦੇਣਾ ਗਰੇਵਾਲ ਸਾਹਿਬ, ਹਰਿਆਣੇ 'ਚੋਂ ਐਤਕੀ FCI ਨੇ ਕੋਈ ਖਰੀਦ ਨਹੀਂ ਕੀਤੀ ਹੈ, ਔਰ ਦੂਜੀਆਂ ਏਜੰਸੀਆਂ ਨੇ ਖਰੀਦ ਕਰਕੇ ਦਿੱਤੀ ਹੈ, ਔਰ ਜਿਹੜਾ ਉਹਦਾ ਅਗਲਾ ਫੇਜ਼ ਹੈ ਉਹ ਸਟੇਟ ਗੌਰਮੈਂਟਾਂ ਤੇ ਛੱਡਣ ਜਾ ਰਹੇ ਨੇ ਕਿ ਤੁਸੀਂ ਅਗਰ ਖਰੀਦਣੀ ਹੈ ਤਾਂ ਖਰੀਦ ਲਓ, ਅਗਰ ਤੁਹਾਨੂੰ ਜ਼ਰੂਰਤ ਨਹੀਂ ਹੈ ਤਾਂ ਨਾ ਖਰੀਦੋ। ਓਕੇ ਗਰੇਵਾਲ ਜੀ, ਬੜੀ ਜੀ ਬੜਾ ਵੱਡਾ ਇਸ਼ੂ ਹੈ ਸਿਰਫ ਕੈਸ਼ ਗਰੇਵਾਲ ਸਾਹਿਬ ਪੂਰੀ ਗੱਲ ਕਰ ਲੈਂਦੇ ਫਿਰ ਤੁਸੀਂ ਸਾਰਾ ਜਵਾਬ ਦੇ ਦੇਣਾ। ਕੈਸ਼ ਕਰੋਪ ਅੱਜ ਕਿਸਾਨ ਇਸ ਕਰਕੇ ਬੀਜਣ ਨੂੰ ਮਜਬੂਰ ਹੈ ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ MSP ਤੇ ਕਣਕ ਔਰ ਝੋਨਾ ਵਿਕ ਜਾਏਗਾ, ਬਾਕੀ ਚੀਜ਼ਾਂ ਨਹੀਂ ਵਿਕਦੀਆਂ ਸੀਗੀਆਂ। ਤੁਸੀਂ MSP ਸੈਂਟਰ ਗੌਰਮੈਂਟ ਕਰ ਦਿੰਦੀ ਆ ਅਨਾਊਂਸ, ਉਸ 'ਤੇ ਖਰੀਦ ਦਾ ਬੰਦੋਬਸਤ ਨਹੀਂ ਕਰਦੀ। ਹੋਣਾ ਤਾਂ ਇਹ ਚਾਹੀਦਾ ਸੀਗਾ ਅਨਬੰਡਲਿੰਗ ਦੀ ਬਜਾਏ
ਇਹਨੂੰ ਇਹ ਕਰਨਾ ਚਾਹੀਦਾ ਸੀ ਕਿ ਹਰ ਚੀਜ਼ ਐਫ ਸੀ ਆਈ ਖਰੀਦੇਗੀ, ਨਫ਼ਾ ਨੁਕਸਾਨ ਸੈਂਟਰ ਗੌਰਮੈਂਟ ਚੱਲੇ। ਓਕੇ ਪ੍ਰਾਟ ਜੀ, ਅਸੀਂ ਇਹਨਾਂ ਤੋਂ ਪੁੱਛਦੇ ਹਾਂ ਇਸ ਇਸ਼ੂ 'ਤੇ ਜਾਣਨਾ ਚਾਹੁੰਦੇ ਅਗਰਵਾਲ ਜੀ, ਜਿਹੜਾ ਇਹਨਾਂ ਨੇ ਇੰਪੋਰਟੈਂਟ ਇਸ਼ੂ ਰੇਜ਼ ਕੀਤਾ ਹੈ। ਇੱਕ ਮਿੰਟ ਮੈਂ ਦੱਸਦਾ ਜੀ, ਪੂਰੀ ਗੱਲ ਦੱਸ ਦੇਣੀ ਹੈ। ਗੌਰਮੈਂਟ ਸੈਂਟਰਲ ਗੌਰਮੈਂਟ ਨੇ ਕੀ ਕਿਹਾ, ਇਹ ਕਿਹਾ ਕਿ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਇਹਨਾਂ 4-5 ਸਟੇਟਾਂ ਦੇ ਅੰਦਰ ਗੌਰਮੈਂਟ ਦਾ, ਸਟੇਟ ਗੌਰਮੈਂਟਸ ਦਾ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਹੋ ਗਿਆ ਇੰਨਾ ਜ਼ਿਆਦਾ ਕਿ ਉਹ ਸਕਸ਼ਮ ਨੇ ਖਰੀਦ ਕਰਨ 'ਚ। ਜੇ ਉਹ ਐਫ ਸੀ ਆਈ ਤੋਂ ਬਿਨਾਂ ਕਰਨਾ ਚਾਹੁਣ ਤਾਂ ਕਰ ਸਕਦੇ, ਜੇ ਐਫ ਸੀ ਆਈ ਦੀ ਇਨਵੋਲਵਮੈਂਟ ਰੱਖਣਾ ਚਾਹੁਣ ਤਾਂ ਰੱਖ ਸਕਦੇ ਹੈ। ਇਹਦੇ 'ਚ ਕੀ ਬੁਰਾਈ ਹੋ ਗਈ ਜੀ? ਇਹ ਸਟੇਟ ਗੌਰਮੈਂਟ 'ਤੇ ਛੱਡਿਆ, ਸਟੇਟ ਗੌਰਮੈਂਟ ਕਹੇਗਾ ਠੀਕ ਹੈ ਐਫ ਸੀ ਆਈ ਕਰ ਲਓ। ਸਭ ਅਗਲੀ ਵੀ ਜਿਹੜੀ ਗੱਲ ਹੈ, ਜਿਹੜੀ ਤੁਸੀਂ ਵੀ ਗੱਲ ਪੂਰੀ ਜਿਹੜੀ ਨਾਲ ਉਸ ਰਿਪੋਰਟ ਦੇ ਵਿੱਚ ਇਹ ਵੀ ਹੈ ਵੀ ਜਿਹੜੇ ਐਮ ਐਸ ਪੀ ਹੈ ਵੀ ਪੰਜਾਬ, ਬਕਾਇਦਾ ਪੰਜਾਬ ਤੋਂ ਜ਼ਿਕਰ ਕੀਤਾ ਵੀ ਪੰਜਾਬ ਵਰਗੇ ਸੂਬਿਆਂ 'ਚ ਐਮ ਐਸ ਪੀ ਦੀ ਕੀ ਲੋੜ ਹੈ, ਇੱਥੇ ਤਾਂ ਸਰਪਲਸ ਆ, ਜਿੱਥੇ ਜਿੱਥੇ ਫੂਡ ਗ੍ਰੇਨ ਸਰਪਲਸ ਹੈ। ਕੁਮਾਰ ਕਮੇਟੀ ਸਾਰੀਆਂ ਪਾਰਟੀਆਂ ਦੇ ਲੋਕ ਸੀ, ਯੂ ਪੀ ਏ ਸਰਕਾਰ ਦੇ ਨਹੀਂ ਸਰ, ਇਸ ਮੁੱਦੇ ਤੇ ਆਪਾਂ ਆਉਂਦੇ ਹਾਂ ਬਰਾੜ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਸਾਰੀਆਂ ਪੇਟੀਆਂ ਉਹਦੀਆਂ ਪਾਰਟੀਆਂ ਉਹਦੇ 'ਚ ਹਾਜ਼ਰ ਸਨ, ਤਾਂ ਜੇ ਆਪਾਂ ਭੂਮੀ ਅਧਿਗ੍ਰਹਿਣ ਦੀ ਗੱਲ ਕਰੀਏ ਉਹਦੇ 'ਚ ਵੀ ਸਾਰੀਆਂ ਪਾਰਟੀਆਂ ਹਾਜ਼ਰ ਸੀ। ਅੱਜ ਭੂਮੀ ਅਧਿਗ੍ਰਹਿਣ ਬਿੱਲ ਤੇ ਆਪਾਂ ਕਹਿ ਰਹੇ ਹਾਂ ਕਿ ਉਹਨੂੰ ਨਵੇਂ ਸਿਰੇ ਤੋਂ ਪੇਸ਼ ਕਰ। ਬੀਜੇਪੀ ਜਿੰਨੀ ਤੇਜ਼ੀ ਦਿਖਾ ਰਹੀ ਹੈ ਔਰ ਸਿਰਫ ਕਾਰਪੋਰੇਟ ਘਰਾਨਿਆਂ ਨੂੰ ਔਰ ਵੱਡੇ ਵੱਡੇ ਉਦਯੋਗਪਤੀਆਂ ਨੂੰ ਸਿਰਫ ਫਾਇਦਾ ਪਹੁੰਚਾਉਣ ਦੇ ਲਈ ਸਾਰਿਆਂ ਨੂੰ ਚੀਜ਼ਾਂ ਨੂੰ ਸਾਰੇ ਨਿਯਮ ਕਾਇਦੇ ਨੂੰ ਤੋੜ ਕੇ ਵੀ ਪਾਸ ਕਰਾਉਣਾ ਚਾਹੁੰਦੀ ਹੈ, ਉਹ ਤੇਜ਼ੀ ਇਹਨਾਂ ਨੂੰ ਸਵਾਮੀਨਾਥਨ ਆਯੋਗ ਦੀ ਰਿਪੋਰਟ ਲਾਗੂ ਕਰਨ 'ਚ ਕਰਨੀ ਚਾਹੀਦੀ ਸੀ। ਜਿੰਨਾ ਚਿਰ ਲਾਗੂ ਨਹੀਂ ਹੋ ਰਹੀ ਸੀ ਤੇ ਇਹਨਾਂ ਨੂੰ ਚਾਹੀਦਾ ਸੀ ਕਿ ਕਿਸਾਨ ਦਾ ਅਗਰ 1950 ਰੁਪਇਆ ਲਾਗਤ ਹੈ, ਮੈਂ ਗਰੇਵਾਲ ਸਾਹਿਬ ਤੁਸੀਂ ਦੇਣਾ ਕਿ 1950 ਅਗਰ ਲਾਗਤ ਹੈ ਤਾਂ 19 ਦੇ ਸਰਕਾਰ ਬੋਨਸ ਦੇ ਕੇ ਕਿਸਾਨ ਦੀ ਉਹ ਭਰਪਾਈ ਕਰਦੀ ਤਾਂ ਕਿ ਕਿਸਾਨ ਨੂੰ ਹੋਰ ਫਰਦਰ ਘਾਟਾ ਨਾ ਹੋਵੇ। ਬੋਨਸ ਦੇ ਨਹੀਂ ਰਹੇ ਔਰ ਪਰਚੇਜ ਤੋਂ ਪਿੱਛੇ ਹੱਥ ਖਿੱਚ ਰਹੇ ਹੋ, ਬਾਕੀ ਜਿਹੜੀ ਐਮ ਐਸ ਪੀ ਅਨਾਊਂਸ ਹੈ ਉਹ ਵੀ ਪਰਚੇਜ ਨਹੀਂ ਹੋ ਰਹੀ, ਕਿਸਾਨ ਬਚੇਗਾ ਕਿਵੇਂ? ਓਕੇ ਬ੍ਰਾਦਰ ਜੀ, ਕੋਲ ਬਚਨ ਦਾ ਬ੍ਰਾਦਰ ਜੀ, ਤੁਹਾਡੀ ਗੱਲ ਆ ਗਈ ਹੈ, ਤੁਹਾਡੀ ਵਿਵਸਥਾ ਕੋਈ ਚੇਂਜ ਅਸੀਂ ਨਹੀਂ ਕੀਤੀ। ਐਦਾਂ ਗਰੇਵਾਲ ਸਾਹਿਬ ਲੋਕਾਂ ਨੇ ਵੋਟ ਤੁਹਾਨੂੰ ਵਿਵਸਥਾ ਚੇਂਜ ਕਰਨ ਦਾ ਦਿੱਤਾ ਸੀ, ਜਦੋਂ ਲਾਲ ਪ੍ਰਧਾਨ ਮੰਤਰੀ ਸੀ ਉਦੋਂ ਤੋਂ ਇਹ ਵਿਵਸਥਾ ਚੱਲਦੀ ਹੈ, ਵਿਵਸਥਾ ਚੱਲਦੀ ਹੈ, ਉਦੋਂ ਲੋਕਾਂ ਨੂੰ ਲਾਭਕਾਰੀ ਮੁੱਲ ਮਿਲਦੇ ਸੀ, ਲਾਭਕਾਰੀ ਮੁੱਲ ਕਿੱਥੋਂ ਮਿਲਦੇ ਸੀ, ਕਿਸਾਨ ਉਦੋਂ ਵੀ ਸੁਸਾਇਡ ਕਰਦਾ ਸੀ, ਨਹੀਂ ਕਰਦਾ, ਉਦੋਂ 500 ਰੁਪਏ ਦਾ ਫਰਕ ਨਹੀਂ ਸੀਗਾ ਐਮ ਐਸ ਪੀ ਦਾ ਔਰ ਉਹਦਾ, ਅੱਜ ਜਿਹੜਾ 1950 ਕੋਸਟ ਹੈ ਔਰ ਤੁਸੀਂ 1450 ਰੁਪਏ ਉਹਦਾ ਐਮ ਐਸ ਪੀ ਦੇ ਰਹੇ ਹੋ ਔਰ ਉਸ 'ਚ ਵੀ ਹੱਥ। ਓਕੇ ਓਕੇ ਬਰਾੜ ਸਾਹਿਬ, ਇੱਕ ਗੱਲ ਬੜੀ ਕਲੀਅਰ ਹੈ ਵੀ ਜਿਹੜਾ ਸੁਸਾਈਡ ਰੇਟ ਆ ਉਹ ਵਧਿਆ ਬਹੁਤ ਤੇਜ਼ੀ ਨਾਲ, ਵਧਿਆ ਘੱਟ ਨਹੀਂ ਹੋਇਆ। ਕਮਾਲ ਦੀ ਗੱਲ ਤਾਂ ਇਹ ਹੈ ਵੀ ਦੇਖੋ ਕਿਸਾਨੀ ਦਾ, ਕਿਸਾਨੀ ਸਿਰ ਜਦੋਂ ਕਰਜ਼ਾ ਵੱਧ ਰਿਹਾ ਕਿਸਾਨੀ, ਤੇ ਸਰਕਾਰਾਂ ਕਾਹਦੇ ਵਾਸਤੇ ਨੇ, ਸਰਕਾਰਾਂ ਦਾ ਮਤਲਬ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਉਹਨੂੰ ਕੰਪਨਸੇਟ ਕਰਨਾ। ਚੌਧਰੀ ਦੇਵੀ ਲਾਲ ਜੀ ਦਾ ਜ਼ਿਕਰ ਕੀਤਾ, ਚੌਧਰੀ ਦੇਵੀ ਲਾਲ ਉਹ ਸ਼ਖਸ ਸੀ ਜਦੋਂ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਹਰਿਆਣੇ 'ਚ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ, ਦੇਸ਼ ਦੇ ਉਪ ਪ੍ਰਧਾਨ ਮੰਤਰੀ ਬਣੇ ਤਾਂ ਪੂਰੇ ਦੇਸ਼ 'ਚ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ। ਚਲੋ ਉਹਨਾਂ ਦਾ ਆਪਣਾ ਸਮਾਂ ਸੀ ਜਿਹੜੇ ਮੁੱਕਦੇ, ਉਹਨਾਂ ਨੇ ਲਾਹੇਵੰਦ ਮੁੱਲ ਦਿੱਤੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕੀਤਾ। ਓਕੇ ਬਰਾੜ ਜੀ, ਆਪਾਂ ਅੱਜ ਦੇ ਮੁੱਦੇ ਤੇ ਆਈਏ, ਅੱਜ ਤੁਸੀਂ ਕਰਜ਼ੇ ਮਾਫ਼ ਕਰ ਦੇਣਾ, ਤੁਸੀਂ ਅੱਜ ਕਰਜ਼ੇ ਮਾਫ਼ ਕਰੋ ਲੋਕਾਂ ਨੂੰ, ਅੱਜ ਕਰਜ਼ੇ ਮਾਫ਼ ਗਲਤ ਨਾ ਦੱਸੋ, ਤੁਸੀਂ ਸਵਾਮੀ ਤੁਸੀਂ ਐਨਐਲਓ ਦੀ ਤਰਫੋਂ ਗਲਤ ਰਿਪੋਰਟਿੰਗ ਕਰ ਰਹੇ ਹੋ, ਅੱਜ ਤੱਕ ਨਹੀਂ ਮਿਲਿਆ ਲਾਹੇਵੰਦ ਮੁੱਲ ਕਿਸਾਨਾਂ ਨੂੰ, ਤੁਸੀਂ ਅੱਜ ਸਰਕਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਹੀਂ ਮਿਲਿਆ, ਤੁਸੀਂ ਕਿਉਂ ਨਹੀਂ ਦੇ ਰਹੇ, ਅਸੀਂ 1 ਸਾਲ ਹੋਇਆ ਆਇਆਂ ਨੂੰ, ਪਹਿਲਾਂ ਤੁਸੀਂ ਰਹੇ ਚੌਧਰੀ ਦੇਵੀ ਲਾਲ ਦੇ ਕੇ ਜਾਂਦੇ, ਚੌਧਰੀ ਚਰਨ ਸਿੰਘ ਦੇ ਕੇ ਜਾਂਦੇ, ਤੁਸੀਂ ਤਾਂ 6 ਸਾਲ ਦੀ ਸਰਕਾਰ ਪਹਿਲਾਂ ਰਹੀ ਹੈ, ਅੱਜ ਵੀ ਸਰਕਾਰ ਹੈ ਤੁਹਾਡੀ, ਕਿਸਾਨ ਦੀ ਵੋਟ ਬੈਂਕ ਕਿਸਾਨ ਨੂੰ ਸਮਝਿਆ, ਕਿਸਾਨ ਨੂੰ ਲਾਭ ਵਾਲਾ ਮੁੱਲ ਨਹੀਂ ਦਿੱਤਾ, ਸਵਾਮੀਨਾਥਨ ਦੇ ਨਾਂ ਤੇ ਤੁਸੀਂ ਵੋਟ ਲੈ ਕੇ ਆਏ ਹੋ, ਕੋਰਟ 'ਚ ਲਿਖ ਕੇ ਦਿੰਦੇ ਹੋ ਕਿ ਅਸੀਂ ਲਾਗੂ ਕਰਨ ਦੀ ਸਥਿਤੀ 'ਚ ਨਹੀਂ। ਓਕੇ ਬ੍ਰਾਦਰ ਜੀ, ਇਸ ਤੋਂ ਜ਼ਿਆਦਾ ਕਿਸਾਨ ਨੂੰ ਬਰਬਾਦ ਕਰਨ ਵਾਲੀ ਹੋਰ ਕੋਈ ਸੋਚ ਬ੍ਰਾਦਰ ਜੀ, ਤੁਸੀਂ ਆਪਣਾ ਇਸ਼ੂ ਤੇ ਗੱਲ ਕਰ ਲਈ, ਮੈਂ ਚੰਨ ਰਪਾਲ ਜੀ ਇਸ ਮੁੱਦੇ ਤੇ ਤੁਸੀਂ ਵੀ ਕਹੋ ਕੋਈ ਕਮੈਂਟ। ਨਹੀਂ ਗੱਲ ਬੜੀ ਇਹਨੂੰ ਆਪਾਂ ਪਾਰਟੀ ਦੇ ਲੈਵਲ ਤੇ ਨਾ ਲਈਏ ਗੱਲ, ਕਿਉਂਕਿ ਬੜੀ ਗੰਭੀਰ ਅੱਜ ਦੇਖੋ, ਜੇ ਅਸੀਂ ਅੱਜ ਦੀ ਦੇਖੋ, ਜੇ ਅਸੀਂ ਅੱਜ ਦੀ ਪੰਜਾਬ ਦੀ ਖਬਰ ਪੜ੍ਹੀਏ, ਅੱਜ 2 ਸਟੇਸ਼ਨਾਂ ਤੋਂ ਇਹ ਖਬਰਾਂ ਆਈਆਂ, ਪਿਛਲੇ ਉੱਤੋਂ ਖਬਰਾਂ ਆ ਰਹੀਆਂ, ਪਿੱਛੇ ਇੱਕ ਪੋਲੀਟੀਕਲ ਪਾਰਟੀ ਨੇ ਪੰਜਾਬ 'ਚ ਰੈਲੀ ਕੀਤੀ, ਉਹਨੇ ਕਿਹਾ, ਉਹਨੇ ਕੁਛ ਅੰਕੜੇ ਆਪਣੇ ਕਿ ਪੰਜਾਬ ਦੇ ਵਿੱਚ ਜਿਹੜਾ ਔਸਤਨ ਜਿਹੜਾ 3 ਕਿਸਾਨ ਰੋਜ਼ ਜਿਹੜੇ ਹੈਗੇ ਆ ਖੁਦਕੁਸ਼ੀ ਕਰਦੇ ਆ, ਇਹ ਬਹੁਤ ਗੰਭੀਰ ਮਸਲਾ ਹੈ, ਅਤੇ ਇਹਨੂੰ ਇਹ ਨਹੀਂ ਗਾ ਵੀ ਅਸੀਂ ਸਿਰਫ ਇੱਕ ਸਰਕਾਰਾਂ ਦੀ ਜਾਂ ਹੋਰ ਗੱਲ ਪੋਲੀਟੀਕਲ ਪਾਰਟੀ ਦੀ ਇੱਦਾਂ ਕਰਕੇ ਆਪਾਂ ਗੱਲ ਕਰ ਲਈਏ, ਗੱਲ ਇਹ ਵੀ ਸਿਸਟਮ ਕਿਸੇ ਨਾ ਕਿਸੇ ਨੂੰ ਤਾਂ ਬਦਲਣਾ ਹੀ ਪਊਗਾ, ਇਹ 'ਚ ਕੋਈ ਸ਼ੱਕ ਨਹੀਂ ਕਿ ਮੋਦੀ ਜੀ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ ਪੰਜਾਬ ਦੇ ਕਿਸਾਨ ਨੂੰ ਵੀ ਅਤੇ ਬਾਕੀ ਦੂਸਰੇ ਵਰਗਾਂ ਨੂੰ ਵੀ। ਓਕੇ ਗਰੇਵਾਲ ਸਾਹਿਬ, ਮੈਂ ਤੁਹਾਡੇ ਕੋਲ ਜਵਾਬ ਲੈਣਾ ਚਾਹੁੰਦਾ, ਸਾਡੇ ਕੋਲ ਸਮਾਂ ਵੀ ਨਹੀਂ ਹੈ ਇਹਨਾਂ ਮੁੱਦਿਆਂ 'ਤੇ, ਤੁਸੀਂ ਕੀ ਕਹੋਗੇ ਜਿਹੜੇ ਇਸ਼ੂ ਇਹਨਾਂ ਨੇ ਗੱਲ ਕੀਤੀ ਹੈ ਕਿ ਕਿਸਾਨ ਖੁਦਕੁਸ਼ੀਆਂ ਦਾ ਜਿਹੜਾ ਵੱਧ ਰਿਹਾ, ਕਰਜ਼ੇ ਦਾ ਬੋਝ ਵਧਿਆ, ਭੂਮੀ ਅਧਿਗ੍ਰਹਿਣ ਦੀ ਗੱਲ ਹੈ, ਸੰਖੇਪ ਦੇ ਇੱਕ ਮਿੰਟ ਤੁਸੀਂ ਪਹਿਲੀ ਗੱਲ ਤਾਂ ਭੂਮੀ ਅਧਿਗ੍ਰਹਿਣ ਬਾਰੇ ਦੱਸ ਦਿੰਦਾ ਜੀ, ਇਹ ਜਿੰਨੀਆਂ ਅਪੋਜੀਸ਼ਨ ਨੇ ਗਲਤ ਸ਼ੋਰ ਮਚਾਉਂਦੀਆਂ ਨੇ, ਇੱਕ ਏਕੜ ਵੀ ਜ਼ਮੀਨ ਅੱਜ ਤੱਕ ਅਕੁਆਇਰ ਨਹੀਂ ਹੋਈ, ਅਜੇ ਤੱਕ ਇੰਪਲੀਮੈਂਟ ਹੋਇਆ ਨਹੀਂ ਹੈ, ਔਰ
ਅਗਰ ਰਾਜ ਸਭਾ 'ਚ ਤੁਹਾਡਾ ਬਹੁਮਤ ਹੁੰਦਾ ਤਾਂ ਅੱਜ ਤਾਈਂ ਤੁਸੀਂ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀਆਂ ਹੋਣੀਆਂ ਸੀਗੀਆਂ। ਇਹ ਬਹੁਤ ਵੱਡਾ ਕਿਸਾਨਾਂ ਦੀ ਮਾਰ ਹੈ। ਬਹਿਸ ਰੱਖੋ ਜੀ, ਇਹ ਝੂਠ ਬੋਲਦੇ ਆ। ਆਪਾਂ ਰੱਖਾਂਗੇ ਇਸ ਮੁੱਦੇ ਤੇ। ਹਰ ਸਟੇਟ ਗਵਰਨਮੈਂਟ ਇਹ ਤਾਂ ਕਰ ਰਿਹਾ, ਸਾਰਾ ਦੇਸ਼ ਦੇਖ ਰਿਹਾ। ਓਕੇ ਓਕੇ, ਥੈਂਕ ਯੂ ਵੈਰੀ ਮਚ ਸਰ। ਹਰ ਸਟੇਟ ਗਵਰਨਮੈਂਟ ਨੂੰ ਇਹ ਆਜ਼ਾਦੀ ਦਿੱਤੀ ਗਈ ਹੈ। ਓਕੇ ਗਿਰਵਲ, ਬਿੱਲ ਇੰਪਲੀਮੈਂਟ ਕਰ ਸਕਦੇ। ਓਕੇ ਗਿਰਵਲ ਸਾਹਿਬ, ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਭੂਮੀ ਅਧਿਗ੍ਰਹਿਣ ਐਕਟ ਦੀ ਜਿਹੜੀ ਗੱਲ ਹੈ, ਬਰਾੜ ਜੀ ਥੈਂਕ ਯੂ ਵੈਰੀ ਮਚ, ਭੂਮੀ ਅਧਿਗ੍ਰਹਿਣ ਐਕਟ ਦੀ ਗੱਲ ਹੈ ਤਾਂ ਆਉਣ ਵਾਲਾ ਜਿਹੜਾ ਮੌਨਸੂਨ ਸੈਸ਼ਨ ਹੈ ਉਹਦੇ 'ਚ ਦੇਖਾਂਗੇ। ਪਰ ਇੱਕ ਗੱਲ ਦੇ ਉੱਤੇ ਤਾਂ ਸਾਡੇ ਜਿਹੜੇ ਮਹਿਮਾਨ ਆ ਉਹਨਾਂ ਦੀ ਵੀ ਸਹਿਮਤੀ ਬਣਦੀ ਹੈ ਕਿ ਜਿੱਥੋਂ ਤੱਕ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਸਵਾਲ ਹੈ, ਇਹ ਰਾਸ਼ਟਰੀ ਰੋਟੀਆਂ ਸੇਕਣ ਦੀ ਬਜਾਏ ਪੂਰੇ ਦੇਸ਼ ਨੂੰ ਇਹਦੇ ਉੱਤੇ ਕੋਈ ਸਹਿਮਤੀ ਬਣਾਉਣੀ ਚਾਹੀਦੀ ਹੈ। ਕਿਉਂਕਿ ਇਹ ਗੱਲ ਸਾਰਿਆਂ ਲਈ ਇੱਕ ਚਿੰਤਾ ਦਾ ਕਾਰਨ ਹੈ ਕਿ ਕਿਸਾਨ ਨੂੰ ਖੁਦਕਸ਼ੀਆਂ ਦੇ ਰਾਹ ਨਹੀਂ ਪੈਣਾ ਚਾਹੀਦਾ। ਪਰ ਜਦੋਂ ਆਪਾਂ ਗੱਲ ਕਰਦੇ ਹਾਂ, ਭਾਰਤ ਪਿੰਡਾਂ ਵਿੱਚ ਵੱਸਦਾ ਹੈ ਅਤੇ ਜੇ ਪਿੰਡਾਂ ਵਿੱਚ ਹੀ ਕਿਸਾਨਾਂ ਦੇ ਇੱਦਾਂ ਖੁਦਕਸ਼ੀਆਂ ਨਾਲ ਸੱਥਰ ਵਿਛਣ ਲੱਗੇ ਤਾਂ ਇਸ ਭਾਰਤ ਦੇ ਲਈ ਜਾਂ ਇਸ ਦੇਸ਼ ਦੇ ਲਈ ਚੰਗੇ ਦਿਨਾਂ ਦੇ ਸੁਪਨੇ ਦੇਖਣੇ ਸਾਨੂੰ ਛੱਡ ਦੇਣੇ ਚਾਹੀਦੇ ਹੈ। ਇਹਨਾਂ ਮੁੱਦਿਆਂ 'ਤੇ ਮੈਂ ਚਰਚਾ ਸ਼ਾਮਿਲ ਹੋਣ ਲਈ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਔਰ ਦਰਸ਼ਕਾਂ ਲਈ ਸਾਡੇ ਪ੍ਰੋਗਰਾਮ ਦਾ ਸੁਨੇਹ ਹੈ, ਕੋਈ ਵੀ ਆਪਣਾ ਮੈਸੇਜ ਦੇਣਾ ਚਾਹੋ, ਜਗਤਾਰ ਸਿੱਧੂ @globalpunjabtv.com ਇਸ ਦੇ ਨਾਲ ਹੀ ਦਿਓ ਸਾਨੂੰ ਇਜਾਜ਼ਤ।